ਬਟਾਲਾ ਦੇ ਨੇੜਲੇ ਪਿੰਡ ਗਿੱਲਾਂਵਾਲੀ ਦੇ ਵਿੱਚ ਕੁਝ ਅਣਪਛਾਤੇ ਲੋਕਾਂ ਦੇ ਵੱਲੋਂ ਠੇਕੇ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਗੁਆਂਢ ਦੇ ਵਿੱਚ ਰਹਿੰਦੇ ਲੋਕਾਂ ਨੇ ਠੇਕਾ ਟੁੱਟਣ ਦੀ ਆਵਾਜ਼ ਸੁਣਨ ਤੋਂ ਬਾਅਦ ਠੇਕਾ ਮਾਲਕ ਨੂੰ ਜਾਣਕਾਰੀ ਦਿੱਤੀ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋਈ ਹੈ। ਸ਼ਰਾਬ ਠੇਕੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਠੇਕੇ ਦੇ ਸੇਲਜ਼ਮੈਨ ਦੇ ਮੁਤਾਬਕ ਉਸਨੇ ਸਵੇਰੇ ਜਦ ਠੇਕਾ ਖੋਲ੍ਹਣਾ ਸੀ ਤਾਂ ਅਚਾਨਕ ਉਸਨੇ ਆ ਕੇ ਦੇਖਿਆ ਤਾਂ ਠੇਕੇ ਦੇ ਤਾਲੇ ਟੁੱਟੇ ਹੋਏ ਸਨ। ਇਹ ਜੀ ਸਾਡਾ ਗਿੱਲਾਂਵਾਲੀ ਪਿੰਡ ਹੈ ਜੀ, ਆ ਨੈਸ਼ਨਲ ਹਾਈਵੇ ਦੇ ਉੱਪਰ ਇੱਕ ਗਿੱਲਾਂਵਾਲੀ ਪਿੰਡ ਹੈ। ਉਹ ਪਿੰਡ ਦੇ ਬਾਹਰ ਠੇਕਾ ਸੀ, ਉਹ ਜਦੋਂ ਸਵੇਰੇ ਸਾਡਾ ਸੇਲਮੈਨ ਸੁਖਵਿੰਦਰ ਸਿੰਘ ਸੈਣੀ ਉਹਨੂੰ ਠੇਕਾ ਖੋਲ੍ਹਣ ਲਈ ਗਿਆ ਜੀ, ਅਤੇ ਇਹਨੇ ਜਾ ਕੇ ਦੇਖਿਆ ਜੀ ਉਹ ਠੇਕੇ ਦੇ ਸਾਰੇ ਤਾਲੇ ਟੁੱਟੇ ਹੋਏ ਸੀ। ਉਹ ਫਿਰ ਨਾਲ ਦੇ ਲੱਗੇ ਜਿਹੜੇ ਗੁਆਂਢੀਆਂ ਦੇ ਵੱਲ CCTV ਲੱਗੇ ਸੀ, ਉਹਦੇ ਵਿੱਚ ਉਹ ਚੋਰ ਜਿਹੜੇ ਉਹ ਸਾਫ਼ ਦੇਖਦੇ ਹੋਏ ਨਜ਼ਰ ਵੀ ਆਏ ਆ ਵੀ ਉਹ ਜਿੰਦਾ ਲੋਕ ਤੋੜ ਰਹੇ ਨੇ ਉਹਦੇ। ਸਿਰਫ ਇਹ ਜੀ ਪਰਮਾਤਮਾ ਦੀ ਕਿਰਪਾ ਰਹੀ ਵੀ ਉਹ ਜਦੋਂ ਸ਼ਟਰ ਤੋੜ ਰਹੇ ਸੀ ਅਤੇ ਗੁਆਂਢੀ ਲਾਗੇ ਜਾਗ ਪਏ, ਉਹਨਾਂ ਦੇ ਰੌਲਾ ਰੱਪਾ ਪਾਉਣ ਦੇ ਨਾਲ ਉਹ ਜਿਹੜੇ ਉਹ ਬੰਦੇ ਉੱਥੋਂ ਮੌਕੇ ਤੋਂ ਭੱਜ ਗਏ। ਸਰ ਕਿੰਨੇ ਬੰਦੇ ਸੀ ਟੋਟਲ? ਇਹ ਤਕਰੀਬਨ 4 ਬੰਦੇ ਸੀ ਜੀ। ਗੱਡੀ ਵੀ ਇੱਕ ਰੋਡ 'ਤੇ CCTV ਦੇ ਵਿੱਚ ਸ਼ੋਅ ਹੋ ਰਹੀ ਹੈ। 4 ਬੰਦੇ ਸੀ ਉਹ ਜੋ ਠੇਕੇ ਦੀ ਲੁੱਟ ਕਰਨ ਆਏ ਸੀ। ਗੱਡੀ ਪਤਾ ਲੱਗਾ ਕੁਛ? ਗੱਡੀ ਤਾਂ ਨਹੀਂ, ਉਹ ਪੁਲਿਸ ਨੂੰ ਅਸੀਂ SHO ਸਦਰ ਜੀ ਸਰਦਾਰ ਸੁਖਵਿੰਦਰ ਸਿੰਘ ਹੋਣਾਂ ਦੀ ਨੌਲੇਜ ਦੇ ਵਿੱਚ ਸਾਰਾ ਕੇਸ ਪਾ ਦਿੱਤਾ, ਉਹ ਪੁਲਿਸ ਕਾਰਵਾਈ ਜਾਰੀ ਹੈ ਜੀ। ਸਰ ਕੁਛ ਗਿਆ ਵੀ ਕਿ ਨਹੀਂ ਕੁਛ ਗਿਆ? ਉਹ ਜੇ ਸਾਡਾ ਮਤਲਬ ਜਿਹੜੇ ਸਾਡੇ ਸਰਕਲ ਇੰਚਾਰਜ ਨੇ ਜੋ ਠੇਕਿਆਂ ਨੂੰ ਚੈੱਕ ਕਰਦੇ ਨੇ ਉਹ ਚੈੱਕ ਕਰ ਰਹੇ ਨੇ, ਜੋ ਵੀ ਉਹਦਾ ਹੋਊਗਾ ਉਹ ਆਪਾਂ ਤੁਹਾਨੂੰ ਦੱਸਾਂਗੇ। ਬਟਾਲਾ ਤੋਂ ਪਰਮਿੰਦਰ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।